ਸ਼ਾਹਜਹਾਂ ਮੁਗਲ ਸਲਤਨਤ ਦਾ ਪੰਜਵਾਂ ਬਾਦਸ਼ਾਹ ਸੀ ਜਿਸ ਦੇ ਨਾਮ ਦਾ ਮਤਲਬ ਸੀ ਦੁਨੀਆ ਦਾ ਰਾਜਾ। ਸ਼ਾਹਜਹਾਂ ਨੂੰ ਤਾਜ ਮਹਿਲ ਕਰਕੇ ਵੀ ਯਾਦ ਕੀਤਾ ਜਾਂਦਾ ਹੈ। ਉਸ ਨੇ ਆਪਣੀ ਬੇਗਮ ਮੁਮਤਾਜ ਮਹਿਲ ਦੀ ਯਾਦ ਵਿੱਚ ਤਾਜ ਮਹਿਲ ਬਣਵਾਇਆ ਸੀ। ਤਾਜ ਮਹਿਲ ਬਣਵਾਉਣ ਵਾਲਾ ਉਸਤਾਦ ਅਹਿਮਦ ਲਾਹੌਰੀ ਸੀ। ਸ਼ਾਹਜਹਾਂ 1957 ਦੇ ਵਿੱਚ ਬਿਮਾਰ ਹੋਣ ਤੋਂ ਬਾਅਦ ਉਸ ਦੇ ਚਾਰੇ ਪੁੱਤਰ ਦਾਰਾ ਸ਼ਿਕੋਹ, ਸ਼ਾਹਜਹਾਂ, ਔਰੰਗਜ਼ੇਬ ਤੇ ਮੁਰਾਦ ਬਖਸ਼ ਦੇ ਵਿੱਚ ਗੱਦੀ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋ ਗਿਆ। ਔਰੰਗਜ਼ੇਬ ਨੇ ਸ਼ਾਹਜਹਾਂ ਨੂੰ 1658 ਈਸਵੀ ਦੇ ਵਿੱਚ ਕੈਦ ਕਰ ਲਿਆ ਗਿਆ। ਕੈਦ ਕਰਕੇ ਆਗਰੇ ਦੇ ਕਿਲੇ ਦੇ ਵਿੱਚ ਬੰਦ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਨੇ ਆਪਣੇ ਭਰਾਵਾਂ ਦਾ ਵੀ ਕਤਲ ਕਰਵਾ ਦਿੱਤਾ ਸੀ। ਸ਼ਾਹਜਹਾਂ ਕੈਦ ਵਿੱਚ ਰਹਿ ਕੇ ਮੁਸਮਨ ਬੁਰਜ ਤੋਂ ਤਾਜ ਮਹਿਲ ਨੂੰ ਦੇਖਦਾ ਰਹਿੰਦਾ ਸੀ, ਜਿਸ ਬੁਰਜ ਦਾ ਨਿਰਮਾਣ ਬਾਦਸ਼ਾਹ ਅਕਬਰ ਨੇ ਕਰਵਾਇਆ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਤਾਜ ਮਹਿਲ ਦਾ ਸਭ ਤੋਂ ਖੂਬਸੂਰਤ ਨਜ਼ਾਰਾ ਇਸੇ ਬੁਰਜ ਤੋਂ ਦਿਖਾਈ ਦਿੰਦਾ ਹੈ। ਇਤਿਹਾਸ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਫੋਲੋ